ਬਲਦੇਵ ਸਿੰਘ ਗਰੇਵਾਲ ਪਿੰਡ ਸਕਰੋਦੀ ਸਾਬਕਾ ਸਰਪੰਚ ਇਹਨਾਂ ਦੇ ਪਿੰਡ ਬੇਨਤੀ ਕੀਤੀ ਬੇਨਤੀ ਤੁਹਾਡੀ ਜਾਣ ਪਛਾਣ ਕੀ ਹੈ? ਨਾ ਵਰਦੀ ਤਾਂ ਮੈਂ ਵੀ ਪਾ ਲੂ, ਤੁਹਾਡੀ ਨਾ ਤੁਹਾਡਾ ਨਾਂ ਕੀ ਆ, ਪੋਸਟ ਤੇ ਕੀ ਆ, ਕੀ ਆ ਲੱਗਿਆ ਹੋਇਆ ਜੀ? ਇੱਥੇ ਦੇਖ ਲੋ, ਗੁਰਤੇਜ ਸਿੰਘ ਹਾਂਜੀ, ਪੋਸਟ ਤੇ ਕਿੱਥੇ? ਪੋਸਟਿੰਗ ਸਰ ਦੱਸ ਦੇਣਗੇ, ਸੀਆਈਏ ਸਟਾਫ ਦੇ ਇੰਸਪੈਕਟਰ, ਮੈਂ ਸੀਆਈਏ ਸਟਾਫ ਮੋਹਾਲੀ ਤੋਂ ਆ ਜੀ, ਸਬ ਇੰਸਪੈਕਟਰ, ਠੀਕ ਹੈ ਜੀ? ਹਾਂਜੀ, ਬਾਕੀ ਚਲੇ ਜਾਓ ਕਿੱਥੇ ਇਨਵੈਸਟੀਗੇਸ਼ਨ ਦੁਆਰਾ ਕਰਾਉਣੀ ਤੁਹਾਨੂੰ ਤੁਸੀਂ ਮੈਨੂੰ ਬਿਲਕੁਲ ਗੱਲ ਹੋ ਰਹੀ ਹੈ ਨਾ ਬਾਈ ਜੀ, ਮੈਂ ਤੁਹਾਡੇ ਸਰਕਾਰ ਦੇ ਖਿਲਾਫ ਗੱਲ ਕੀਤੀ, ਤੁਸੀਂ ਪੁੱਛ ਰਹੇ ਨਾ, ਤੁਹਾਨੂੰ ਅਸੀਂ ਇੰਟਰੋਡਕਸ਼ਨ ਦੇਤੀ, ਸਾਰਾ ਕੁਝ ਦੇਤਾ, ਕੱਲੀ ਕੱਲੀ ਗੱਲ ਹੋਈ ਸਾਡੀ, ਹੁਣ ਤੁਹਾਨੂੰ ਅਸੀਂ ਲਿਜਾਣਾ ਮੇਰੇ ਖਿਲਾਫ ਐਫ ਆਈ ਆਰ ਕੀ ਦਰਜ ਹੈ ਜਗਵੀਰ ਸਿੰਘ? ਉਹ ਦੱਸ ਦਿੰਦੇ ਤੁਹਾਨੂੰ, ਨਹੀਂ ਦੱਸ ਦੋ ਮੈਨੂੰ ਨਾ, ਬ੍ਰਾਂਡ ਦਿਖਾਓ, ਮੈਂ ਕਿਹਾ ਬ੍ਰਾਂਡ ਦੀ ਐਫ ਆਈ ਆਰ ਤੋਂ ਬ੍ਰਾਂਡ ਦੀ ਲੋੜ ਨਹੀਂ ਹੁੰਦੀ ਬਾਈ ਜੀ, ਐਫ ਆਈ ਆਰ ਜਿਹੜੀ ਐਫ ਆਈ ਆਰ ਹੁੰਦੀ ਨਾ ਬ੍ਰਾਂਡ ਦੇ ਵਿੱਚ, ਬਾਈ ਜੀ ਬ੍ਰਾਂਡ ਦੀ ਲੋੜ ਹੁੰਦੀ ਆ ਕਿਸੇ ਦੇ ਘਰੇ ਜਾਣ ਦੀ, ਐਫ ਆਈ ਆਰ ਦੇ ਵਿੱਚ ਬ੍ਰਾਂਡ ਦੀ ਕੋਈ ਲੋੜ ਨਹੀਂ ਹੁੰਦੀ, ਬ੍ਰਾਂਡ ਦੀ ਤਾਂ ਲੋੜ ਹੈ ਜੇ ਤੁਹਾਡੀ ਅਸੀਂ ਕੰਧ ਪਾੜ ਕੇ ਟੱਪਣ ਓਪਨ ਬੈਲ ਮਾਰ ਕੇ ਆਏ ਹਾਂ, ਨਹੀਂ ਦੇਖੋ ਇੰਨੀਆਂ ਗੱਲਾਂ ਹੋ ਗਈਆਂ ਜੀ, ਤੁਸੀਂ ਫੋਨ ਚਾਹੀਏ ਜੀ, ਨਾ ਚੱਲੂ ਮੈਂ ਭੱਜਦਾ ਨਹੀਂ, ਕੋਈ ਗੱਲ ਨੀ, ਤੁਸੀਂ ਤੁਹਾਨੂੰ ਪਹਿਲੀ ਗੱਲ ਅੰਦਰ ਰੁਕ ਜਾ ਯਾਰ, ਵੇਟ ਕਰੋ, ਪਹਿਲੀ ਗੱਲ ਬਾਈ ਜੀ, ਅਰੈਸਟ ਕਰਨ ਖਾਤਰ ਬ੍ਰਾਂਡ ਦਿਖਾਉਣੇ ਜ਼ਰੂਰੀ ਹੁੰਦੇ, ਕੋਈ ਗੱਲ ਨੀ, ਤੁਹਾਡਾ ਵਕੀਲ ਦੱਸ ਦੇਵੇ, ਤੁਹਾਡਾ ਵਕੀਲ ਦੱਸ ਦੇਵੇ, ਵਕੀਲ ਦੇ ਵਿੱਚ ਸਾਡੇ ਕੋਲ ਪਾਵਰ ਹੈ ਨਾ, ਐਫ ਆਈ ਆਰ ਦੇ ਸਾਡੇ ਕੋਲ ਪਾਵਰ ਆ, ਸਾਡੇ ਕੋਲ ਮੰਨਦਾ ਤੁਹਾਡੇ ਕੋਲ ਪਾਵਰ ਆ, ਪਰ ਤੁਹਾਡਾ ਫਰਜ਼ ਆ ਬ੍ਰਾਂਡ ਦਿਖਾਉਣਾ, ਸਾਨੂੰ ਬ੍ਰਾਂਡਾਂ ਦੀ ਜ਼ਰੂਰਤ ਨਹੀਂ ਹੈ, ਮੈਂ ਨਾ ਤੁਹਾਡੇ ਸਿਰ ਵਿੱਚ ਕਹਿ ਰਿਹਾ, ਮੈਂ ਐਫ ਆਈ ਆਰ ਦੇ ਬਿਹਾਫ ਤੇ ਤੁਹਾਨੂੰ ਅਰੈਸਟ ਕਰ ਰਿਹਾ ਜੀ, ਮੈਂ ਆਈਡੈਂਟੀ ਐਫ ਆਈ ਆਰ ਕੀ ਆ, ਇੱਕ ਬੰਦੇ ਨੂੰ ਗੱਲ ਕਰੂੰਗਾ, ਕੋਈ ਗੱਲ ਠੀਕ ਹੈ, ਹੋ ਗਿਆ ਜੀ ਹੁਣ ਤੁਹਾਡਾ, ਚਲੋ ਮੈਂ ਜੋ ਕਹਿ ਰਿਹਾ ਹੁਣ ਚਲੋ, ਹੁਣ ਆਪਾਂ ਨੂੰ ਜਾਣਾ ਪੈਣਾ, ਆਪਾਂ ਮੋਹਾਲੀ ਜਾਣਾ, ਠੀਕ ਹੈ, ਆਈ ਟੀ ਸਿਟੀ ਥਾਣੇ ਪੁਲਿਸ ਸਟੇਸ਼ਨ ਤੁਹਾਡੀ ਐਫ ਆਈ ਆਰ ਲਾ ਦਿੰਦੀ, ਕੀ ਐਫ ਆਈ ਆਰ ਕੀ ਆ, ਮੈਂ ਕਹਿ ਰਿਹਾ ਤੁਹਾਨੂੰ, ਮੈਂ ਚੱਲਦਾ 67 ਸੁਣੋ, 67 ਬਾਈ ਜੀ, ਮੈਂ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਸੁਣ ਲਓ, ਮੈਂ ਤੁਹਾਨੂੰ ਪਹਿਲਾਂ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇਹ ਪੁੱਛਦਾ, ਉਹ ਸੈਕਸ਼ਨ ਗੱਲ ਤਾਂ ਸੁਣ ਲਓ, ਸੈਕਸ਼ਨ ਹੀ ਦੱਸ ਰਿਹਾ ਮੈਂ ਹੁਣ, ਹਾਂਜੀ 67 ਆਈ ਟੀ ਸਿਟੀ ਉਹ ਤੁਹਾਨੂੰ ਤੁਸੀਂ ਪੁੱਛੋ, ਆਈਟੀ ਐਕਟ ਦੇ ਅਧੀਨ ਦਰਜ ਹੋਈ ਹੈ, ਨਾ ਤੁਸੀਂ ਸੁਣੋ ਮੇਰੀ ਗੱਲ ਸੁਣੋ, ਐਫ ਆਈ ਆਰ ਦਾ ਅਸੀਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਿਊਜ਼ਡ ਹੈ, ਤੁਸੀਂ ਅਕਿਊਜ਼ਡ ਹੈ, ਸੁਣੋ
ਤੁਸੀਂ ਅਕਿਊਜ਼ਡ ਹੈ, ਤੁਹਾਨੂੰ ਸਾਰਾ ਕੁਝ ਨਹੀਂ ਦੱਸਦਾ, ਬਿਲਕੁਲ ਅਕਿਊਜ਼ਡ ਹਾਂ ਮੈਂ, ਚਲੋ ਯਾਰ ਮੰਨ ਲੈਣਾ ਤੁਹਾਨੂੰ, ਨਹੀਂ ਨਹੀਂ ਬਾਕੀ ਬੰਦੇ ਨੂੰ ਮੈਨੂੰ ਖਿੱਚਣ ਦੀ ਲੋੜ ਨਹੀਂ, ਮੈਂ ਆਪ ਤੁਹਾਨੂੰ ਯਾਰ ਐਡੀ ਕੀ ਗੱਲ ਆ, ਭਾਈ ਜੀ ਮੈਂ ਯਾਰ ਪਹਿਲੀ ਵਾਰ ਜਾ ਰਿਹਾ ਇੰਡਸਟਰੀ ਨਹੀਂ ਰਿਹਾ ਸਾਰਾ ਕੁਝ, ਭਾਈ ਜੀ ਮੈਂ ਵੀਡੀਓ ਬਣਾਈ, ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਆ, ਪੈਗ ਲਾਏ ਹੋਏ ਨਾ, ਅਸੀਂ ਸਾਨੂੰ ਆਪਣੀ ਡਿਊਟੀ ਕਰਨ ਦੋ, ਤੁਸੀਂ ਡਿਊਟੀ ਚ ਵਿਘਨ ਪਾਉਂਗੇ, ਸੁਣੋ ਬ੍ਰਦਰ, ਅਗਰ ਤੁਸੀਂ ਡਿਊਟੀ ਚ ਵਿਘਨ ਪਾਉਂਗੇ ਮੈਂ ਇੱਥੇ ਹੁਣੇ ਕੋਈ ਵਿਘਨ ਨਹੀਂ ਪਾਉਂਦਾ, ਨਹੀਂ ਨਹੀਂ ਪਾ ਰਹੇ, ਅਸੀਂ ਵਿਘਨ ਕਿਉਂ ਪਾਵਾਂਗੇ, ਤੁਹਾਨੂੰ ਮੰਦਰ ਬੋਲਿਆ ਕੱਪੜੇ ਤਾਂ ਪਾ ਲੈਣਾ, ਚਲੋ ਕੱਪੜਿਆਂ ਨੂੰ ਮੈਂ ਰੋਕ ਕਹਿੰਦੇ, ਇੱਕ ਮਿੰਟ ਅਸੀਂ ਗੱਲ ਕਹੀ, ਇੱਕ ਮਿੰਟ ਰੋਕੋ, ਗੱਲ ਕਹੀ ਆ ਇਹਨਾਂ ਨੂੰ ਕੱਪੜੇ ਪਾ ਲੈਣ ਦੋ, ਇੱਕ ਮਿੰਟ ਰੁਕੋ, ਮੈਂ ਮਨਾ ਕੀਤਾ ਵੀ ਕੱਪੜੇ ਨੀ ਪਾਣੇ, ਬਾਹਰ ਪਾ ਰਹੇ ਆ ਤੁਸੀਂ, ਪਾ ਰਹੇ ਪਾ ਰਹੇ ਆ ਤੁਸੀਂ, ਮੁੰਡਾ ਸਾਨੂੰ ਕੁਐਸਚਨ ਨਹੀਂ ਮਿਲੇ, ਤੁਸੀਂ ਪਾ ਰਹੇ ਕੋਈ ਨੀ, ਜੇ ਤੁਸੀਂ ਵੀਡੀਓ ਬਣਾ ਰਹੇ ਸਾਡੀ ਵੀਡੀਓ ਲਾ ਕੇ ਕੋਈ ਤੁਸੀਂ ਮੈਨੂੰ ਇਹ ਦੱਸੋ, ਮੈਂ ਜਾਣ ਤੋਂ ਇਨਕਾਰ ਕੀਤਾ, ਤੁਸੀਂ ਤੁਰਦੇ ਤਾਂ ਹੈ ਨੀ, ਉਹ ਕੀ ਹੁੰਦਾ ਤੁਰਨਾ ਨੀ, ਉਹਨੂੰ ਕੀ ਕਹਿੰਦੇ, ਬਸ ਚਲੋ ਬਾਈ ਮੇਰੇ ਦਵਾਈਆਂ ਲਿਆ ਦਿਓ, ਦਵਾਈਆਂ ਲਿਆ ਦਿਓ, ਕੱਟ ਬੁਲੀ ਲੈ ਕੇ ਚੱਲੇ।